यूट्यूब दे ग्रो करन दा तरीका होईगा वा 10 रुपए हो गए भाई तेरे सुपने विच करके वादा तुहानू अज आईफोन दा प्राइस रिवील कर लगा कि ते अपनी मॉम डैड नाल प्रैंक करो 4-5 हज़ार रुपया कमरे च। हेलो गाइस वेलकम टू माय न्यू व्लॉग पर मेरा नहीं गया रजिस्ट्रेशन दा कुछ भी बत्ती जी गाली एक मिनट ਬਸ ਸੁੱਤਾ ਉੱਠ ਜਾ ਚੱਲ ਯਾਰ ਵਲੌਗ ਬਣਾਉਣਾ ਹੀ ਤਾਂ ਓਏ ਹਾਂ ਵਲੌਗ ਨਹੀਂ ਬਣਾਣਾ ਕਿਉਂ ਇਹਨੇ ਤੇ ਕੀ ਗੱਲ ਆ ਸੁੱਤਾ ਆ ਵਾ ਕਿਹੜਾ ਕਿਉਂ ਇਹਨੇ ਦਾ ਪ੍ਰਾ ਇਨਕਮ ਦੀ ਰਿਵੀਲਡ ਕਰਨੀ ਯੂਟਿਊਬ ਇੰਗਬ ਮੈਂ ਰਿਵੀਲਡ ਕਰਦਾ ਕਿ ਰਹਿਣ ਦਾ ਯਾਰ ਕਰਦੇ ਰਿਵੀਲਡ ਦਾ ਤੂੰ ਕੀ ਕਰਨ ਨੇ ਵਾ ਇੰਨਾ ਕਮਾਲ ਆਲਾ ਪਰ ਰਿਵੀਲ ਨਹੀਂ ਕਰ ਸਕਦਾ ਵਲੌਗ ਕਹਿੰਦੇ ਅੱਜ ਰਿਵੀਲਡ ਕਰ ਦਿੰਦੇ ਤੇ ਪਹਿਲਾਂ ਤੇ ਦਾਦੀ ਇਹ ਆਪਣਾ ਕਮਰਾ ਹੋ ਜੂਗਿਆ ਜੇ ਇਹ ਚ ਹੀ ਰਵਾਂਗੇ ਏਸੀ ਵੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਕਿੱਦਾਂ ਸਾਰੇ ਮੈਂ ਤੁਹਾਡਾ ਆਪਣਾ ਹਰਮਨ ਪਿਆਰਾ ਜਸ਼ਨ ਜੋਰਾ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਆ ਰਾਤ ਦੇ ਦੇ ਸਕਦੇ ਹੋ ਜੀ ਪੂਰੇ 12:06 ਤੇ 12:06 ਤੇ ਆਪਾਂ ਵਲੌਗ ਸਟਾਰਟ ਕਰਦੇ ਪਏ ਆ ਅੱਜ ਦਾ ਵਲੌਗ ਦੇ ਟੌਪਿਕ ਹੈਗਾ ਵਾ ਕੁਐਨਏ ਤੇ ਅੱਜ ਆਪਾਂ ਜਿਹੜੇ ਤੁਹਾਨੂੰ ਇੰਸਟਾਗ੍ਰam ਤੇ ਸਵਾਲ ਪੁੱਛੇ ਉਹਨਾਂ ਦਾ ਰਿਪਲਾਈ ਕਰਨ ਲੱਗਾ ਵੀਡੀਓ 'ਚ ਸਾਰਿਆਂ ਤੋਂ ਪਹਿਲਾ ਕੁਐਸਚਨ ਹੈਗਾ ਵਾ ਪੁੱਛਿਆ ਵਾਹਿਗੁਰੂ ਸਟੇਟਸ ਕੀ ਬ੍ਰੋ ਤੇਰਾ ਰੀਅਲ ਨੇਮ ਕੀ ਆ ਮੇਰਾ ਰੀਅਲ ਨੇਮ ਜਸ਼ਨ ਹੀਗਾ अच्छा अगला है जी दीप 15 प्लस 2 ਤੋਂ ਬਾਅਦ ਕੀ ਕਰਨਾ ਪਲਸ 2 ਤੋਂ ਬਾਅਦ ਮੈਂ ਕਰਨਾ ਏ ਚਲੋ ਜੀ 10 ਰੁਪਏ ਹੋ ਗਏ ਤੁਹਾਡੇ ਚਲੋ ਚਲੋ ਉੱਠੋ ਉੱਠੋ 10 ਰੁਪਏ ਹੋ ਗਏ ਭਾਈ ਤੁਹਾਡੇ ਕਿਆ ਹੋਣਾ ਪਤਾ ਕਿ ਮੈਂ ਕੀ ਕਰਨਾ ਪਲਸ 2 ਤੋਂ ਬਾਅਦ ਨਹੀਂ ਇਹ ਸਿਰਫ ਯਾਰ ਵੀਡੀਓ ਇੱਕ ਸੀਰੀਅਸ ਨਾ ਲਿਓ ਮਜ਼ਾਕ ਦੇ ਤੌਰ ਤੇ ਤੁਹਾਨੂੰ ਵੀ ਇੱਕ ਐਂਟਰਟੇਨਮੈਂਟ ਕਰਨ ਵਾਸਤੇ ਜੋ ਅੱਗੇ ਕਿਸਮਤ ਲਿਖਿਆ ਆ ਕਰ ਲਾਂਗੇ ਹੈਗਾ ਵਾ ਬਨਿੰਦਰ ਸਿੰਘ 01 ਬਾਈ ਇੱਕ ਗਾਣਾ ਗਾਓ ਨਿਮਰਤ ਖੇਰਾ ਜੀ ਦਾ ਜੁਨੀ ਆਵਾਜ਼ ਚ ਪਲੀਜ਼ ਲੋ ਜੀ ਤੁਹਾਡੇ ਭਰਾ ਦੀ ਅੱਗੇ ਆਵਾਜ਼ ਬਹੁਤ ਜ਼ਿਆਦਾ ਘੈਂਟ ਆ ਤੁਹਾਨੂੰ ਮੈਂ ਗਾਣਾ ਸੁਣਾਉਣ ਲੱਗਾ ਤੇ ਗਾਇਸ ਆਪਾਂ ਜੇ ਫਣੀ ਜੀ ਆਵਾਜ਼ ਚ ਕੀ ਗਾਣਾ ਤੁਹਾਨੂੰ ਮੈਂ ਅੱਜ ਆਪਣੀ ਵਧੀਆ ਆਵਾਜ਼ ਸੁਣਾ ਦਿੰਦਾ अच्छा सुपने विच करके वादा सजना क्यों आया ना हो भाई मारो मुझे मारो मारो मुझे मारो मारो ओए सारे का मैं पता गाल आपे की होगा बाबे तेनु होंदा ही इतना कवा भाई सिंगिंग बहुत ही ज्यादा बढ़िया हैगी है इस करके यार मैं ज्यादा गाना नहीं सुनाऊंगा एवं ती फिर यार मैंने कहना कि तू गाना काट दे गाना जे मैं कढ़ना नहीं अगला है पारस 9001 एज एज मेरी होनी 36 साल ओ एज मेरी होनी है 16 साल ते अगला है दीप GF ਹੈਗੀ ਤੁਹਾਡੀ ਉਹ ਮੈਂ ਕਹ ਯਾਰ ਆਹੋ ਜੀ ਗੱਲਾਂ ਪੁੱਛ ਲੈਣੀਆਂ ਹੁੰਦੀਆਂ ਯਾਰ ਤੁਹਾਨੂੰ ਪਤਾ ਯਾਰ ਜਦੋਂ ਇੰਨਾ ਸੋਹਣਾ ਮੁੰਡਾ ਹੋਵੇ ਇੰਨੇ ਸੋਹਣੇ ਮੈਂ ਕਹਿੰਦਾ ਅੱਖਾਂ ਹੋਣ ਤੇ ਇੰਨੇ ਸੋਹਣੇ ਵਾਲ ਹੋਣ ਤੇ ਯਾਰ ਉਹਦੇ ਨਾਲ ਕਿਉਂ ਨਹੀਂ ਕੁੜੀ ਸੈੱਟ ਹੁੰਦੀ ਇਹ ਹੁਣ ਮੈਨੂੰ ਵੀ ਨਹੀਂ ਪਤਾ ਲੱਗਾ ਜੇ ਰਾਹੁਲ ਸਲਗੋਤਰਾ ਤੁਸੀਂ ਬ్రో ਆਈਫੋਨ 11 ਕਿੰਨੇ ਦਾ ਲਿਆ ਕਿੰਨੀ ਕਿਸ਼ਤ ਤਾਰ ਦੇ ਪਲੀਜ਼ ਦੱਸ ਦਿਓ ਤੁਸੀਂ ਇਹ ਵੀਡੀਓ ਐਡਿਟਿੰਗ ਲਈ ਕਿਹੜਾ ਐਪ ਨਾਲ ਮੈਂ ਯਾਰ ਆਈਫੋਨ ਲਿੱਤਾ ਸੀ ਤੁਹਾਨੂੰ ਅੱਜ ਆਈਫੋਨ ਦਾ ਪ੍ਰਾਈਸ ਰਿਵੀਲਡ ਕਰਨ ਲੱਗਾ ਮੈਂ ਲਿੱਤਾ ਸੀ 60,000 ਦਾ ਮੇਰੀ ਕਿਸ਼ਤ ਜਾਂਦੀ ਆ 2,000 ਰੁਪਿਆ ਤੇ ਐਪ ਮੈਂ ਯੂਜ਼ ਕਰਦਾ VN ਅਗਲਾ ਕਰਨ 92 ਬ్రో ਮਾਈਕਲ ਦੀ ਏਜ ਕਿੰਨੀ ਮਾਈਕਲ ਦਾ ਤੇ ਇਹਦਾ ਜਨਮ ਦਿਨ ਇਕੱਠੇ ਆਂਦਾ ਤੇਰੀ ਕਿੰਨੀ ਆ ਮੇਰੀ ਤੇ 16 ਆ ਉਹਦੀ ਵੀ 16 ਹੀ ਹੋਣੀ ਫਿਰ ਕੁਝ ਵੀ ਨਹੀਂ ਉਹਦੀ ਵੀ 16 ਉਹਦੀ ਪਿਆ 5 ਸਾਲ ਆ 5 ਸਾਲ ਉਹਦੀ 5 ਸਾਲ ਏਜ ਮਾਈਕਲ ਦਾ ਗੁਰਜੀਤ ਗਿੱਲ ਆਈਫੋਨ ਕਿੰਨੇ ਦਾ ਲਿਆ ਦੱਸੋ ਹੁਣੇ ਦੱਸਿਆ ਯਾਰ ਮੈਂ ਬਾਰ ਬਾਰ ਦੱਸੀ ਜਾਵਾ ਯਾਰ ਮੈਂ ਪਾਗਲ ਆ ਮੇਰੇ ਮੂੰਹੇ ਪਾਗਲ ਲਿਖਿਆ ਰਹਿੰਦਾ ਅਗਲਾ ਹੈਗਾ ਆਰਵੀਲ ਮੈਨ ਹਲੋ ਭਾਈ ਜਦੋਂ ਲਵਾਨੀ ਗਏ ਸੀ ਕਿੰਨਾ ਖਰਚਾ ਹੋ ਗਿਆ ਲੱਗ ਹੀ ਗਿਆ ਆਪਣਾ 1,00,000 ਰੁਪਿਆ ਲੱਗ ਗਿਆ ਤੁਹਾਨੂੰ ਪਤਾ ਯਾਰ ਜਦੋਂ ਇੰਨਾ ਵਧੀਆ ਵੱਡਾ ਯੂਟਿਊਬਰ ਬਾਹਰ ਜਾਂਦਾ ਤੇ ਰਹਿੰਦਾ ਵੀ ਯਾਰ 4-5 ਹਜ਼ਾਰ ਰੁਪਿਆ ਕਮਰੇ 'ਚ ਵਾ ਇੱਕ ਦਿਨ ਦਾ ਉਹਦਾ ਖਰਚਾ ਹੁੰਦਾ ਕਮਰੇ ਦਾ ਹੀ ਤੇ ਯਾਰ ਜਦੋਂ ਤੁਹਾਨੂੰ ਪਤਾ ਕਮਰੇ 'ਚ ਜਿਹੜੀ ਚਾਹ ਹੁੰਦੀ ਆ ਤੇ ਯਾਰ 500 ਰੁਪਏ ਦੀ ਇਕੱਲੀ ਉਹ ਚਾਹ ਹੁੰਦੀ ਆ ਤੇ ਉਹਨਾਂ 'ਚ ਚਾਹ ਦੇ ਵਿੱਚ ਯਾਰ ਜਿਹਨਾਂ ਨੇ ਜਿਹੜੀ ਖੰਡ ਪਾਈ ਹੁੰਦੀ ਆ ਯਾਰ 15 ਰੁਪਏ ਦੀ ਉਹ ਖੰਡ ਹੀ ਪਾਉਂਦੇ ਆ ਤੇ ਯਾਰ ਜਿਹੜਾ ਕੱਪ ਲੱਗਾ ਹੁੰਦਾ ਯਾਰ 800 ਰੁਪਏ ਦਾ ਯਾਰ ਕੱਪ ਹੀ ਹੁੰਦਾ ਅਰੇ ਆਪੇ ਸੋਚ ਕਿੰਨਾ ਖਰਚਾ ਲੱਗ ਗਿਆ ਨਾ ਲੱਗ ਹੀ ਗਿਆ ਨਾ ਕਰੋੜ ਕ ਉਹ ਜ਼ਿਆਦਾ ਕਹਿ ਤਾਂ 5-6 ਹਜ਼ਾਰ ਲੱਗ ਗਿਆ ਨਾ ਹੋਰ ਕਿੰਨਾ ਲੱਗਾ ਨਾ ਅਗਲਾ ਹੈਗਾ ਜੁੜ ਗਏ PB02 ਵੀ ਤੁਹਾਨੂੰ ਵਲੌਗ ਤੇ ਕੰਟੈਂਟ ਕਿੱਥੋਂ ਮਿਲਦੇ ਆ ਯਾਰ ਆ ਤੁਰਦੇ ਤੁਰਦੇ ਜਾਈਦਾ ਵਾ ਸੋਚਦੇ ਜਾਈਦਾ ਵਾ ਤੇ ਆਪੇ ਲੱਭ ਜਾਂਦੇ ਆ ਅਗਲਾ ਹੈਗਾ ਹਰਸ਼ ਹਿੱਟ ਗਲੋਤੀ ਯੂਟਿਊਬ ਤੇ ਗਰੋ ਕਿਵੇਂ ਕਰੀਏ ਇਗਨੋਰ ਨਾ ਕਰਿਓ ਮੈਸੇਜ ਸੱਚੀ ਦੱਸਣਾ ਟੈਗ ਯੂ ਕਿਵੇਂ ਯੂਜ਼ ਕਰਨਾ ਯਾਰ YouTube ਤੇ ਗਰੋ ਕਰਨ ਦਾ ਤਰੀਕਾ ਹੋਈਗਾ ਵਾ ਕਿ ਯਾਰ ਵੱਧ ਤੋਂ ਵੱਧ ਟੈਗ ਕਰੋ ਮਤਲਬ ਕਿ ਟੈਗ ਯੂਜ਼ ਕਰੋ ਸਾਰੇ ਟੈਗ ਲਾ ਦੋ ਜਿੰਨੇ ਵੀ ਤੁਹਾਡੇ ਦਿਮਾਗ ਚ ਆਉਂਦੇ ਜਿੰਨੇ ਵੀ ਅਗਲਾ ਹੈਗਾ ਅਫੀਸ਼ੀਅਲ ਪ੍ਰਿੰਸ 6 ਵੇ ਦੱਸੋ ਰੋਜ ਸ਼ੁਰੂ ਲੋਕ ਚ ਬਹੁਤ ਵਧੀਆ
ਬਹੁਤ ਵਧੀਆ ਕਿਹਾ ਤੇ ਉਹ ਚਲੋ ਕੋਈ ਨਾ ਦੀ ਥੰਬਨੇਲ ਲਾਉਣਾ ਪੈਂਦਾ ਸਾਰੇ ਹੀ ਸਹੀ ਆ ਆਹ ਗੱਲ ਯਾਰ ਬਿਲਕੁਲ ਸਹੀ ਕਹੀ ਸਾਰੇ ਥੰਬਨੇਲ ਲਾਉਂਦੇ ਆ ਤੇ ਵੀਡੀਓ ਚ ਕਹਿੰਦੇ ਆ ਕਿ ਸਹੀ ਹੈ ਤੁਹਾਨੂੰ ਪਤਾ ਮੰਚ ਵੀ ਤੁਹਾਡਾ ਭਰਾ ਸਾਰਿਆਂ ਦਾ ਨੇਚਰ ਸਹੀ ਕਹਿੰਦਾ ਵਾ ਅਗਲਾ ਸਾਗਰ ਵਾਈਬ ਭਾਜੀ ਜਿਹੜਾ ਇੰਸਟਾਗ੍ਰਾਮ ਆ ਉਹ ਕਿੰਨੇ ਗ੍ਰਾਮ ਦਾ ਹੈਗਾ ਉਹ ਤੇ ਯਾਰ ਹੁਣ ਤੋਲ ਕੇ ਪਤਾ ਲੱਗਣਾ ਹੁੰਦਾ ਯਾਰ ਮੈਂ ਪਹਿਲੇ ਮੰਡੀ ਜਾਵਾਂ 10 ਰੁਪਿਆ ਖਰਚ ਕੇ ਉੱਥੋਂ ਮੈਂ ਤਲਾ ਕੇ ਲਿਆਵਾਂ ਤੇ ਤੋਲਣ ਵਾਲਾ ਵੀ ਯਾਰ ਪੁੱਛੇਗਾ ਕਿ ਇੰਸਟਾਗ੍ਰਾਮ ਕੋਲ ਤੋਲਣਾ ਮੈਂ ਯਾਰ ਤੋਲਣਾ ਹੀ ਨੀ ਛੱਡੋ ਪਰਾਂ ਇਹ ਹੁਣ ਮੈਨੂੰ ਵੀ ਨੀ ਪਤਾ ਕਿੰਨੇ ਗ੍ਰਾਮ ਦਾ ਹੈਗਾ ਅਗਲਾ ਹੈਗਾ ਨੂਰਪ੍ਰੀਤ ਸਿੰਘ 63 ਤੁਸੀਂ ਕਿੰਨੂ ਵੋਟ ਪਾਓ ਜੀ ਸਾਡੀ ਯਾਰ ਵੋਟ ਹੀ ਨੀ ਬਣੀ ਤੇ ਵੋਟ ਕਿੰਨੂ ਪਾਣੀ ਆ ਮੇਰੀ ਵੋਟ ਹੀ ਨੀ ਬਣੀ ਜਦੋਂ ਮੇਰੀ ਵੋਟ ਬਣੂਗੀ ਉਦੋਂ ਜਿਹੜਾ ਖਲੋਤਾ ਹੋਗਾ ਵਧੀਆ ਲੱਗੂਗਾ ਉਹਨੂੰ ਵੋਟ ਪਾਵਾਂਗੇ ਤੇ ਲਾਸਟ ਕੁਸ਼ਚਨ ਜਿਹੜਾ ਯਾਰ ਅਰਸ਼ ਰਾਜਪੂਤ ਨੇ ਪੁੱਛਿਆ ਵਾ ਕੀ ਤੇਰੀ ਮੈਰਿਜ ਕਦੋਂ ਆ ਮੈਰਿਜ ਡੇਟ ਦਾ ਨਰਵੀਰ ਪਤਾ ਮੈਰਿਜ ਕਿ ਇੰਸਟਾਗ੍ਰਾਮ ਨੂੰ ਪੁੱਛੀ ਕਦੋਂ ਮੈਰਿਜ ਹੋਣੀ ਆ ਇੰਸਟਾਗ੍ਰਾਮ ਤੋਂ ਪੁੱਛਦੇ ਠੀਕ ਹੈ 1 2 3 ਹਾਂਜੀ ਜਲਦੀ ਕਰ ਦੋ ਯਾਰ ਪਲੀਜ਼ ਅਗਲੇ 15 ਦਿਨਾਂ 'ਚ ਕਰ ਦਿਓ ਮੇਰੀ ਮੈਰਿਜ ਉਹ ਓਏ ਆ ਕੱਲੇ ਨੂੰ ਵਿਆਹ ਤੇ ਬੜਾ ਮੈਨੂੰ ਤਾਂ ਸੱਦਿਆ ਵੀ ਨਹੀਂ ਕਿਹੜੇ ਫਾਰਮ 'ਚ ਕਰਾਇਆ ਵਿਆਹ ਓਏ ਤੇ ਮੈਨੂੰ ਵੀ ਨੀ ਪਤਾ ਹੁਣ ਕਦੋਂ ਹੋ ਗਿਆ ਮੇਰਾ ਇਹ ਯਾਰ ਇੰਸਟਾਗ੍ਰਾਮ ਗਲਤ ਦੱਸੀ ਜਾਂਦਾ ਪਤਾ ਨੀ ਕੀ ਚੀਜ਼ ਤੇ ਟੌਪਿਕ ਦੱਸਦੇ ਰਿਹਾ ਕਰੋ ਕਿਉਂਕਿ ਯਾਰ ਘਰੇ ਬੈਠੇ ਹੁੰਦੇ ਆ ਯਾਰ ਸਾਨੂੰ ਮੇਨ ਚੀਜ਼ ਉਹ ਹੀ ਨੀ ਪਤਾ ਹੁੰਦਾ ਕਿਹੜੇ ਟੌਪਿਕ ਦੇ ਵਲੋਗ ਬਣਾਈਏ ਇਹ ਤੇ ਯਾਰ ਹੁਣ ਤੁਸੀਂ ਹੀਗੇ ਤੁਹਾਡੇ ਦਿਮਾਗ 'ਚ ਜਿਹੜੇ ਵੀ ਆਈਡੀਆਸ ਹੈਗੇ ਆ ਮੈਨੂੰ ਕਮੈਂਟ ਕਰਕੇ ਦੱਸ ਦਿਓ ਜਿਹਦੇ ਨਾਲ ਮੈਂ ਤੁਹਾਡੇ ਵਾਸਤੇ ਜਲਦੀ ਜਲਦੀ ਉਹ ਟੌਪਿਕ ਤੇ ਵਲੋਗ ਲੈ ਕੇ ਆਵਾਂ ਤੇ ਮਿਲਦੇ ਹਾਂ ਗਾਇਸ ਨੈਕਸਟ ਵਲੋਗ 'ਚ ਟਿਲ ਦੈਨ ਟੇਕ ਕੇਅਰ ਬਾਏ ਬਾਏ